ਚਿੱਟਾ ਜਿਹੜੀ ਕਹਿ ਕੇ ਗਿਆ ਸੀ ਉਹੀ ਗੱਲ ਹੋਈ ਉਹ ਸਰਕਾਰ ਅੜਿਊ ਆ ਉਹ ਕਹਿੰਦੇ ਜੀ ਅਸੀਂ ਤਾਂ ਦੇਸ਼ ਦੇ ਕਿਸਾਨ ਆ ਜਿਹੜੇ ਬਹੁਤ ਇਹਦੇ ਹੱਕ ਜੋ ਅਸੀਂ ਜਿਹੜੀ ਇਹ ਜਿਹੜੀ ਇਹਨੂੰ ਵਾਪਸ ਨਹੀਂ ਕਰਨਾ ਰਿਪੀਲ ਨਹੀਂ ਕਰਨੀ ਇਹੀ ਗੱਲਾਂ ਜੀ ਉਹ ਹੋਰ ਉਹ ਤਾਂ ਕੁਛ ਨਹੀਂ ਇੱਕ ਘੰਟਾ ਲੇਟ ਆਇਆ ਤਾਂ ਪੌਣਾ ਘੰਟਾ ਉਹਦੇ ਬਾਅਦ ਹਾਂ ਹੀ ਗੱਲਾਂ ਸ਼ੁਰੂ ਹੋ ਤਾਂ ਉਹ ਤੋਂ ਬਾਅਦ ਨਹੀਂ ਦੇਖੋ ਅਸੀਂ ਕੋਈ ਗੁੰਜਾਇਸ਼ ਨਹੀਂ ਛੱਡਣ ਦੇਣੀ ਵੀ ਸਰਕਾਰ ਕੱਲ੍ਹ ਨੂੰ ਕਹੇ ਗੱਲਬਾਤ ਤੋਂ ਭੱਜ ਗਏ ਆਵਾਂਗੇ ਪਰ 26 ਤਰੀਕ ਦੀ ਤਿਆਰੀ ਵੀ ਪੂਰੇ ਜ਼ੋਰ ਨਾਲ ਕਰਨੀ ਸੁਪਰੀਮ ਕੋਰਟ ਦੇਖੋ ਜਿਹੜੀਆਂ ਉਹ ਗੱਲਾਂ ਕਰਦੇ ਆ ਅਸੀਂ ਜਿਹੜੀ ਤੁਹਾਡੇ ਲਈ ਆਫੀਸ਼ੀਅਲ ਗੱਲ ਇਹੀ ਆ ਕਿ ਅੱਜ ਦੀ ਜਿਹੜੀ ਮੀਟਿੰਗ ਬੇਸਿੱਟਾ ਸਰਕਾਰ ਕੋਰਟ ਤੋਂ ਕਹਿੰਦੇ ਕਿ ਸਾਨੂੰ ਚੈਲੰਜ ਕਰੋ ਜੇ ਤੁਹਾਨੂੰ ਲੱਗਦਾ ਕਿ ਆਹੋ ਇਹ ਜੇ ਰੱਖਦੇ ਇਹੋ ਜੀ ਗੱਲ ਅਸੀਂ ਕਹਿਤਾ ਵੀ ਅਸੀਂ ਨਹੀਂ ਸੁਪਰੀਮ ਕੋਰਟ ਦਾ ਜਿਹੜਾ ਤੁਹਾਡੇ ਵਾਲਾ ਫੈਸਲਾ ਮੰਨਣਾ ਅੱਗੇ ਜਿਹੜਾ ਜੀ ਆ ਹੁਣ ਕੱਲ੍ਹ ਕੀਤਾ ਟਰੈਕਟਰ ਮਾਰਚ ਕੀਤਾ ਉਹਦੀ ਤਿਆਰੀ ਕਰਾਂਗੇ ਉਹਦੇ ਲਈ ਜਿਹੜੀ ਮੀਟਿੰਗ ਕਰਾਂਗੇ ਕੱਲ੍ਹ 2 ਵਜੇ ਸਾਰੀਆਂ ਜਥੇਬੰਦੀਆਂ ਦੇ ਕੋਈ ਫਾਇਦਾ ਨਹੀਂ ਜੀ ਬਿਲਕੁਲ ਉੱਥੇ ਜਿਹੜੇ ਸੀਗੇ ਕੱਲ੍ਹ ਨੂੰ ਉੱਥੇ ਜਿਹੜੇ ਸਾਰੇ ਆਗੂ ਸਟੇਜ ਤੇ ਹੋਣਗੇ 2 ਵਜੇ ਸਾਰੇ ਉੱਥੇ ਆਗੂ ਸਟੇਜ ਤੇ ਹੋਣਗੇ ਤੇ ਉਹਦੇ ਬਾਅਦ ਜਿਹੜੀ ਸਾਡੀ ਮੀਟਿੰਗ ਹੋ ਗਈ ਫੈਸਲਾ ਲਵਾਂਗੇ ਅਗਲਾ ਇਹਨੂੰ ਘੋੜ ਨੂੰ ਕਿੱਦਾਂ ਤੇਜ਼ ਕੀਤਾ ਜਾ ਸਕਦਾ ਇਹੀ ਹੈ ਜੀ ਨਹੀਂ ਮੀਟਿੰਗ ਖਤਮ ਹੋ ਗਈ ਜੀ ਪਹਿਲਾਂ ਉੱਠ ਕੇ ਚੱਲ ਗਏ ਮੰਤਰੀਆਂ ਵੱਲੋਂ ਖਤਮ ਕੀਤੀ ਦੇਖੋ ਹੁਣ ਤਾਂ ਸੁਲਾ ਨਹੀਂ ਹੋਈ ਆ ਪਹਿਲਾਂ ਇੱਕ ਵਾਰੀ ਉਹ ਵਿਚੋਂ ਉੱਠ ਕੇ ਚੱਲ ਗਏ ਸੀ ਅਸੀਂ ਬੈਠੇ ਰਹੇ ਹਾਂ ਅਸੀਂ ਲੰਗਰ ਵੀ ਹੁਣੇ ਤਦੇ ਅਖੀਰ ਲਾਸਟ ਦੇ ਵਿੱਚ ਹੁਣੇ ਛਕਿਆ ਹੁਣੇ ਛੱਕ ਕੇ ਆ ਰਹੇ ਹਾਂ ਉਸ ਵੇਲੇ ਰੋਸ ਵਜੋਂ ਅਸੀਂ ਛਕਿਆ ਨਹੀਂ ਸੀ ਇੰਨੀ ਗੱਲ ਆ ਇਹਦੇ ਬਾਅਦ ਜਿਹੜੀ ਹੋਰ ਆ ਜਿਹੜੀ ਕੋਈ ਜਿਹੜੀ ਗੱਲ ਨਹੀਂ ਕਰਨ ਵਾਲੀ ਇਹ ਇਹਦੇ ਤੇ ਲੰਮਾ ਚੱਲਿਆ ਉਹ ਕਹਿੰਦੇ ਜੀ ਸਾਡੇ ਹੱਕ ਦੇ ਵਿੱਚ ਬਹੁਤ ਸਾਰੇ ਕਿਸਾਨ ਦੇਖ ਦੇ ਤੁਸੀਂ ਛੋਟਾ ਗਿਣਤੀ ਆ ਜਿਹੜੀ ਤੁਸੀਂ ਇਹਦਾ ਵਿਰੋਧ ਕਰ ਰਹੇ ਅੱਜ ਕੱਲ੍ਹ ਦਿਖਾ ਦਿਓ ਕਿੱਥੇ ਆ ਉਹ ਸਾਨੂੰ ਦਿਖਾ ਦਿਓ ਕਿਹੜਾ ਹਿੱਸਾ ਆ ਤੁਸੀਂ ਅੱਗੇ ਫੇਕ ਜਥੇਬੰਦੀਆਂ ਵੀ ਇਹੋ ਜਿਹੀਆਂ ਬਣਾ ਕੇ ਇਹੋ ਜਿਹਾ ਦਿਖਾ ਰਹੇ ਸੀ ਕੋਈ 26 ਜਨਵਰੀ ਨੂੰ ਲੈ ਕੇ ਸਰਕਾਰ ਨੇ ਆਖਿਆ ਕਿ ਉਹ ਰੱਦ ਕਰੋ ਜਾਂ ਉਹਨੂੰ ਨਹੀਂ ਉਹਨਾਂ ਨੇ ਨਹੀਂ ਕਿਹਾ ਸਾਡੇ ਬੰਦੇ ਨੇ ਕਹਿੰਦਾ ਜੀ ਤਿਆਰੀ ਕਰਾਂਗੇ ਡਟ ਕੇ ਕਰਾਂਗੇ ਮੁਸਲਿਮ ਜੀ ਨਾਂ ਦਿੱਤਾ ਐਂਟਰ ਨਾ ਹੁਣ ਦਿੱਤਾ ਦਿੱਲੀ 'ਚ ਚਲੋ ਫੇਰ ਉਹਦਾ ਤੁਹਾਨੂੰ ਪਤਾ ਹੀ ਆ ਜੀ ਢੰਗ ਤਰੀਕੇ ਹੁੰਦੇ ਅੱਗੇ ਵੀ ਕਹਿੰਦੇ ਸੀ ਦਿੱਲੀ 'ਚ ਬਣ ਨਹੀਂ ਦੇਣਾ ਪਿੱਛੋਂ ਕਹਿੰਦੇ ਨਹੀਂ ਸੀਗੇ ਪੰਜਾਬ 'ਚੋਂ ਜਦੋਂ ਆਏ ਆ ਕਹਿੰਦੇ ਅਸੀਂ ਬਣ ਨਹੀਂ ਦੇਣੇ ਆ ਗਏ ਕਿ ਨਹੀਂ ਇੱਥੇ ਤਾਂ ਹੀ ਇਦਾਂ ਦਾ ਜਿਹੜਾ ਹੋਊਗਾ ਫੇ ਆਵਾਂਗੇ ਦਿੱਲੀ ਮਤਲਬ ਕਿਸਾਨਾਂ ਦੇ ਜਿਹੜੇ ਸ਼ਹੀਦ ਹੋ ਰਹੇ ਨੇ ਕੋਈ ਇਹਨਾਂ ਨੂੰ ਸਾਰ ਨਹੀਂ ਹੈ ਕੋਈ ਨਹੀਂ ਜੀ ਇਹਨਾਂ ਨੂੰ ਕੋਈ ਦੁੱਖ ਨਹੀਂ ਇਹਦਾ ਕਹਿੰਦੇ ਹੋਰ 100-200 ਮਰ ਜੇ ਇਹੋ ਜਿਹਾ ਸਾਡੇ ਹੋਰ ਮਰ ਜਾਣ ਇਹਨਾਂ ਨੂੰ ਕੋਈ ਨਹੀਂ ਦੁੱਖ ਇਹਨਾਂ ਲਈ ਤਾਂ ਇਹ ਲਾਸ਼ਾਂ ਹੀ ਪਈਆਂ ਜੀ ਜਿਹੜੀਆਂ ਬੈਠੀਆਂ ਸਾਰੀਆਂ ਮੀਟਿੰਗ 'ਚ ਹੋਣ ਦਾ ਫਾਇਦਾ ਕੀ ਹੈ ਮੀਟ ਦੇਖੋ ਪਤਾ ਕੀ ਆ ਇਹਨਾਂ ਨੂੰ ਸਰਕਾਰ ਨੂੰ ਅਸੀਂ ਕੋਈ ਮੌਕਾ ਨਹੀਂ ਦੇਣਾ ਚਾਹੁੰਦੇ ਕਹਿਣਾ ਗੱਲਬਾਤ 'ਚੋਂ ਕਿਸਾਨ ਭੱਜ ਗਏ ਅਸੀਂ ਸਰਕਾਰ ਭਜਾਉਣੀ ਆ ਗੱਲਬਾਤ ਦੇ ਵਿੱਚੋਂ ਅਸਲ ਮਕਸਦ ਜਿਹੜਾ ਇਹ ਆ ਇਹਦੇ ਕਹਿੰਦੇ